వెల్కమ్ బ్యాక్ టు మై ఛానల్. ఐఎమ్ డాక్టర్ మందీప్ కోర్పల్. థ్యాంక్ యూ సో మచ్ తుసి మీరు వీడియోస్ లైక్ కర్తే హో, షేర్ కర్తే హో, సబ్స్క్రైబ్ కర్తే హో, బహుత్ అచ్చా లగ్తా హై. తే తుసి మేరీ సారీ వీడియోస్ ను లైక్ కరే, సబ్స్క్రైబ్ కీతా హైగా ఔర్ ప్యార్ వర్గా బడే ప్యార్ దిత్తా హైగా. ఇదా మే శుక్రియా అదా కరాంగీ. తే దిల్ తే శుక్రియా అదా కర్నా చాహీదా తుహాడా. తే ఇక గల్ మే హోర్ కహినా చాహవాంగీ కి అగర్ తుసి వీడియోస్ దేఖణ లగే హో, జో కోయి పహలీ వార దేఖ రిహా హై ਔਰ ਜੋ ਵੈਸੇ ਵੀ ਦੇਖਦਾ ਰਹਿੰਦਾ ਮੇਰੇ ਵੀਡੀਓਜ਼, ਅਤੇ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੇ. ਇਹਦੇ ਵਿੱਚ ਮੈਂ ਕੁਛ ਇਹੋ ਜਿਹੀਆਂ ਗੱਲਾਂ ਕਰਨ ਲੱਗੀਆਂ ਹੈਗੀਆਂ ਉਹ ਤੁਹਾਡੇ ਫਾਇਦੇਮੰਦ ਹੋ ਸਕਦੀ ਹੈ. ਮੋਸਟਲੀ ਸਾਰੇ ਕਹਿੰਦੇ ਆ ਅਸੀਂ ਕੈਨੇਡਾ ਜਾਣਾ ਹੈ, ਕੈਨੇਡਾ ਜਾਣਾ ਹੈ, ਕੈਨੇਡਾ ਜਾਣਾ, ਪਰ ਜਾਣਾ ਕਿਸੇ ਤਰ੍ਹਾਂ ਹੈ? ਅਤੇ ਕਾਫੀ ਲੋਕ ਬੱਚੇ ਨੈਨੀ ਦਾ ਕੋਰਸ ਵੀ ਕਰ ਲੈਂਦੇ ਆ, ਪਰ ਮੈਂ ਬੱਚੇ ਨੂੰ ਇਹ ਕਹਾਂਗੀ ਕਿ ਅਗਰ ਤੁਸੀਂ ਨੈਨੀ ਦਾ ਕੋਰਸ ਕਰਨਾ ਹੈਗਾ ਕਰੋ, ਪ੍ਰੋਬਲਮ ਨਹੀਂ ਹੈ. ਨੈਨੀ ਦਾ ਕੋਰਸ ਕਰੋ, ਪਰ ਕੋਰਸ ਬਾਰੇ ਸਾਰੀ ਇਨਫੋਰਮੇਸ਼ਨ ਲਓ. ਇਨਫੋਰਮੇਸ਼ਨ ਦਾ ਲੈਣ ਦਾ ਮਤਲਬ ਇਹ ਹੈਗਾ ਕਿ ਨੈਨੀ ਦਾ ਅਗਰ ਆਪਾਂ ਕੋਰਸ ਕਰਦੇ ਹੈਗੇ ਤਾਂ ਇਹਦੀ ਫਾਈਲਿੰਗ ਕਿੱਥੋਂ ਲੱਗਦੀ ਹੈਗੀ, ਇਹਦਾ ਵੀਜ਼ਾ ਕਿੱਥੋਂ ਲੱਗਦਾ ਹੈਗਾ, ਇਹਦਾ ਪ੍ਰੋਸੈਸ ਕਿਵੇਂ ਹੁੰਦਾ ਹੈ, ਇਹਦਾ ਇੰਪਲੋਇਰ ਕਿਵੇਂ ਲੱਭਿਆ ਜਾਂਦਾ ਹੈਗਾ, ਜਾਂ ਸਾਡਾ ਕੋਈ ਰਿਸ਼ਤੇਦਾਰ ਕਿਵੇਂ ਇਹਨੂੰ ਸਪੋਂਸਰ ਕਰੇਗਾ, ਕਿਵੇਂ ਕਰੇਗਾ, ਔਰ ਉਹ ਕਿਵੇਂ ਸਾਨੂੰ ਇੱਧਰ ਇਸ ਬੇਸ 'ਤੇ ਬੁਲਾਏਗਾ, ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ. ਅਗਰ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਪਤਾ ਔਰ ਅਸੀਂ ਕੋਰਸ ਕਰ ਲੈਂਦੇ ਹਾਂ ਔਰ ਕੋਰਸ ਦੇ ਬਾਅਦ ਅਸੀਂ ਕਹਿੰਦੇ ਹੈਗੇ ਕਿ ਸਾਡੀ ਫਾਈਲ ਨੂੰ ਤੁਸੀਂ ਲਾ ਦੋਗੇ ਜੀ, ਫਿਰ ਅਸੀਂ ਫੋਨ ਕਰਦੇ ਹਾਂ ਕਾਫੀ ਇੰਸਟੀਟਿਊਟ ਵਿੱਚ ਇੰਡੀਆ ਨੂੰ, ਇੰਡੀਆ ਵਿੱਚ ਕਿ ਮੈਮ ਤੁਸੀਂ ਲਾਓਗੇ, ਕਿਉਂਕਿ ਕਾਫੀ ਲੋਕਾਂ ਦੇ ਮੈਨੂੰ ਫੋਨ ਆਏ ਆ, ਉਹ ਕਹਿੰਦੇ ਆ ਕਿ ਮੈਮ ਅਸੀਂ ਨੈਨੀ ਦਾ ਕੋਰਸ ਕਰ ਰੱਖਿਆ, ਟ੍ਰੇਨਿੰਗ ਸਾਡੀ ਹੈਗੀ ਹੈ, ਫਾਈਲ ਤੁਸੀਂ ਲਾਓਗੇ, ਵੀਜ਼ਾ ਤੁਸੀਂ ਲਾਓਗੇ? ਮੈਂ ਕਹਿੰਦੀ ਬੱਚੇ ਤੁਸੀਂ ਜਿੱਥੋਂ ਕੋਰਸ ਕੀਤਾ ਸੀ ਉੱਥੇ ਇਨਫੋਰਮੇਸ਼ਨ ਨਹੀਂ ਲਿੱਤੀ ਸੀ? ਫਸਟ ਆਫ ਆਲ ਅਗਰ ਤੁਸੀਂ ਕੋਰਸ ਕਰਨੇ ਲੱਗੇ ਹੋ ਤਾਂ ਪੂਰੀ ਇਨਫੋਰਮੇਸ਼ਨ ਲਓ, ਇਸ ਕੋਰਸ ਦਾ ਸਕੋਪ ਕੀ ਹੈ, ਇਹਦਾ ਫਿਊਚਰ ਕੀ ਹੈ, ਅਗਰ ਇਹ ਮੈਂ ਕੋਰਸ ਕਰ ਲੈਂਦੇ ਹੈ ਕਰ ਲੈਂਦੀ ਹੈਗੀ ਅਤੇ ਇਸਦਾ ਫਾਇਦਾ ਕੀ ਹੋਏਗਾ, ਇਹਦੀ ਫਾਈਲਿੰਗ ਕਿੱਥੋਂ ਲੱਗੇਗੀ, ਇਹਦਾ ਵੀਜ਼ਾ ਕਿੱਥੇ ਲੱਗੇਗਾ, ਅਤੇ ਇਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ. ਅਗਰ ਸਾਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਹੈਗਾ ਔਰ ਫਿਰ ਅਸੀਂ ਕੋਰਸ ਕਰ ਲੈਂਦੇ ਹੈਗੇ, ਉਹਦੇ ਬਾਅਦ ਸਾਡਾ ਟਾਈਮ ਵੀ ਵੇਸਟ ਹੁੰਦਾ ਹੈਗਾ, ਪੈਸੇ ਵੀ ਵੇਸਟ ਹੁੰਦੇ ਹੈਗੇ, ਫਿਰ ਕਾਫੀ ਲੋਕ ਕੋਰਸ ਕਰਕੇ ਨਿਰਾਸ਼ ਹੋ ਜਾਂਦੇ, ਫਿਰ ਉਹਨਾਂ ਨੂੰ ਲੱਗਦਾ ਹੈ ਕਿ ਨੈਨੀ ਦੀ ਕੋਈ ਵੈਲਿਊ ਨਹੀਂ, ਪਰ ਨੈਨੀ ਦੀ ਬਹੁਤ ਵੈਲਿਊ ਹੋਏਗੀ. ਕਿਉਂਕਿ ਬੱਚੇ ਨਾ ਕੋਰਸ ਕਰ ਲੈਂਦੇ ਆ ਪਰ ਕੋਰਸ ਬਾਰੇ ਪਤਾ ਨਹੀਂ ਕਰਦੇ ਕਿ ਉਹਦਾ ਫਿਊਚਰ ਸਕੋਪ ਕੀ ਹੈਗਾ, ਉਹਦੀ ਫਾਈਲਿੰਗ ਵੀਜ਼ਾ ਕਿੱਥੋਂ ਲੱਗ ਰਹੀ ਹੈਗੀ. ਪਹਿਲੇ ਮੈਂ ਬੱਚਿਆਂ ਨੂੰ ਕਹਾਂਗੀ ਕੋਰਸ ਕਰੋ, ਉਹਦੀ ਫਾਈਲਿੰਗ ਵੀਜ਼ਾ ਕਿੱਥੋਂ ਲੱਗਦੀ ਹੈ ਇਹ ਪਤਾ ਕਰੋ. ਔਰ ਇਹ ਮੈਂ ਕਾਫੀ ਉਹ ਵੀਡੀਓਜ਼ ਵਿੱਚ ਦੱਸ ਚੁੱਕੀ ਹਾਂ, ਫਿਰ ਵੀ ਬੱਚਿਆਂ ਵੀਡੀਓਜ਼ ਵਿੱਚ ਪਤਾ ਨਹੀਂ ਲੱਗਦਾ, ਫਿਰ ਵੀ ਮੈਂ ਅੱਜ ਦੱਸਾਂਗੀ ਤੁਹਾਨੂੰ. ਫਿਰ ਪਹਿਲੇ 18 ਅਤੇ 45 ਵਾਲਾ ਕੋਈ ਵੀ ਕੋਰਸ ਕਰ ਸਕਦਾ ਹੈਗਾ, GNM ਵਾਲਾ ਵੀ ਕਰ ਸਕਦਾ, ਪਲੱਸ ਟੂ ਵਾਲਾ ਵੀ ਕਰ ਸਕਦਾ ਹੈ, ਮਿਨੀਮਮ ਪਲੱਸ ਟੂ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ. ਅਤੇ ਨੈਨੀ ਦਾ ਕੋਰਸ ਜਿਹੜਾ ਹੁੰਦਾ ਹੈਗਾ ਉਹ ਡਿਸੇਬਲ ਓਲਡ ਪਰਸਨ ਸਾਰਿਆਂ ਵਾਸਤੇ ਹੁੰਦਾ ਹੈਗਾ. ਅਤੇ ਜਿਹੜਾ ਇਹ ਕੋਰਸ ਹੈਗਾ ਆਪਣਾ ਇੰਡੀਆ ਵਿੱਚ ਹੀ ਹੁੰਦਾ ਹੈਗਾ ਔਰ ਇਹਦੀ ਫਾਈਲਿੰਗ ਵੀਜ਼ਾ ਜਿਹੜਾ ਹੁੰਦਾ ਉਹ ਕੈਨੇਡਾ 'ਤੇ ਹੀ ਲੱਗਦਾ ਹੈਗਾ. ਅਤੇ ਇਸਦੇ ਵਾਸਤੇ ਆਪਾਂ ਨੇ ਕੋਰਸ ਜਿਹੜਾ ਹੈਗਾ ਇੰਡੀਆ ਵਿੱਚ ਹੀ ਕਰਨਾ, ਰੈਪੂਟਿਡ ਇੰਸਟੀਟਿਊਟ 'ਤੇ ਜਿਸਦਾ ਪੈਰਾਮੈਡੀਕਲ ਨਾਲ ਲਿੰਕ ਹੋ, ਮੈਡੀਕਲ ਸਾਰਾ ਕੁਝ ਹੋਏ, ਵਧੀਆ ਇਨਫਰਾਸਟ੍ਰਕਚਰ ਹੋਏ. ਅਤੇ ਅਗਰ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਕੋਲ ਵੀ ਆ ਸਕਦੇ ਹੋ, ਮੈਂ ਨੈਨੀ ਦਾ ਕੋਰਸ ਕਰਾਉਂਦੀ ਹਾਂ, ਨਾਲ ਇੰਟਰਵਿਊਜ਼ ਦੀ ਤਿਆਰੀ ਵੀ ਕਰਾਉਂਦੀ ਹੈ. ਫਸਟ ਆਫ ਆਲ ਇਹ ਕੋਰਸ ਕਰਨ ਦੇ ਪਹਿਲੇ ਤੁਸੀਂ ਕੋਰਸ ਕਰਨਾ, ਕੋਰਸ ਵਿੱਚ ਫਰੈਂਚ ਵੀ ਆਉਣੀ ਥੋੜ੍ਹੀ ਜ਼ਰੂਰੀ ਹੈ, ਇੰਗਲਿਸ਼ ਜਾਂ ਫਰੈਂਚ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ. ਅਤੇ ਕਾਫੀ ਲੋਕਾਂ ਦਾ ਕੁਸ਼ਚਨ ਹੁੰਦਾ ਕਿ ਆਈਲੈਟਸ ਨੈਨੀ ਵਿੱਚ ਜ਼ਰੂਰੀ ਹੈਗੀ ਹੈ? ਦੇਖੋ ਬੇਟਾ, ਉੱਥੇ ਇੰਗਲਿਸ਼ ਸਪੀਕਿੰਗ ਕੰਟਰੀ ਹੈਗੀ ਹੈ, ਤੁਸੀਂ ਉੱਥੇ ਕੈਨੇਡਾ ਵਿੱਚ ਕਿਵੇਂ ਪ੍ਰੂਫ ਕਰੋਗੇ ਕਿ ਮੈਨੂੰ ਇੰਗਲਿਸ਼ ਆਉਂਦੀ ਹੈਗੀ ਹੈ? ਅਤੇ ਅਗਰ ਤੁਸੀਂ ਉੱਥੇ ਪ੍ਰੂਫ ਕਰਨਾ ਹੈ ਤਾਂ ਇੱਕ ਆਈਲੈਟਸ ਦਾ ਜਨਰਲ ਦਾ ਪੇਪਰ ਆਪਾਂ ਨੂੰ ਦੇ ਦੇਣਾ ਚਾਹੀਦਾ. ਉਹ ਕਮ ਸੇ ਕਮ ਉਹਦੇ ਵਿੱਚ ਆਪਾਂ ਨੂੰ 6 ਕੁ ਬੈਂਡ ਲੈ ਲੈਣੇ ਚਾਹੀਦੇ, ਉਹ ਫਾਇਦੇਮੰਦ ਹੋਊਗਾ. ਕੱਲ੍ਹ ਨੂੰ ਅਗਰ ਤੁਸੀਂ PR ਵਾਸਤੇ ਜਾਓਗੇ ਫਿਰ ਤੁਹਾਨੂੰ ਆਈਲੈਟਸ ਕਰਨੀ ਪਏਗੀ, ਉੱਥੇ ਦੀ ਟਫ ਹੈਗੀ. ਫਸਟ ਪ੍ਰੋਸੈਸ ਇਹ ਹੁੰਦਾ ਕਿ ਆਪਾਂ 6 ਮੰਥ ਦਾ ਕੋਰਸ ਕਰਦੇ ਹੈਗੇ, 1 ਈਅਰ ਜਾਂ 2 ਈਅਰਸ ਦੀ ਟ੍ਰੇਨਿੰਗ ਲੈਂਦੇ, ਐਕਸਪੀਰੀਅੰਸ ਲੈਂਦੇ ਹੈਗੇ. ਉਹ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਹੋਣਾ ਚਾਹੀਦਾ ਹੈਗਾ. ਉਸਦੇ ਬਾਅਦ ਫਿਰ ਕੈਨੇਡਾ ਵਿੱਚ ਕੋਈ ਵੈਕੈਂਸੀ ਹੋਣੀ ਚਾਹੀਦੀ ਨੈਨੀ ਦੇ ਬੇਸ 'ਤੇ, ਜਿਹੜਾ ਤੁਹਾਡੇ ਕੋਈ ਰਿਲੇਟਿਵ ਕੋਈ ਰਿਸ਼ਤੇਦਾਰ ਹੋਏ ਜਿਹੜਾ ਤੁਹਾਨੂੰ ਨੈਨੀ ਦੇ ਬੇਸ ਵਿੱਚ ਬੁਲਾਵੇ, ਜਿਸਦੇ ਘਰ ਵਿੱਚ ਬੱਚਾ ਜਾਂ ਬਜ਼ੁਰਗ ਹੋਏ, ਬੱਚਾ ਜਿਹੜਾ 18 ਸਾਲ ਦੇ ਘੱਟ ਹੋ, ਕੋਈ ਡਿਸੇਬਲ ਹੋਏ. ਇਹਦੇ ਵਿੱਚ GNM ਨਰਸਿੰਗ ਵੀ ਜਾ ਸਕਦੀਆਂ, ਪਰ ਉਹਨਾਂ ਨੂੰ ਨੈਨੀ ਦਾ ਕੋਰਸ ਵੀ ਕੰਪਲਸਰੀ ਹੈਗਾ. ਪਰ ਉਹ ਇਹ ਸੋਚ ਲੈਂਦੀ, ਕਾਫੀ ਏਜੰਟ ਉਹਨਾਂ ਨੂੰ ਕਹਿ ਲੈਂਦੇ ਕਿ ਤੁਸੀਂ GNM ਹੋ, ਤੁਹਾਨੂੰ ਕੋਰਸ ਕਰਨ ਦੀ ਕੀ ਲੋੜ ਹੈ? ਪਰ ਆਪਾਂ ਕੋਰਸ ਕਰ ਲਈਏ ਤਾਂ ਬੈਟਰ ਹੈ, ਕੱਲ੍ਹ ਨੂੰ ਆਪਾਂ ਅਗਰ ਰਿਜੈਕਸ਼ਨ ਹੋ ਗਿਆ ਤਾਂ ਫਾਇਦਾ ਆਪਣਾ ਨੁਕਸਾਨ ਹੈ. ਕਿਉਂਕਿ ਟਾਈਮ ਵਿੱਚ ਜਿਹੜਾ ਆਪਾਂ ਨੂੰ ਓਪਰਚੁਨਿਟੀ ਮਿਲਦੀ ਹੈ ਇਹ ਕਦੇ ਕਦੇ ਮਿਲਦੀ ਹੈ, ਇਹਨੂੰ ਕਦੇ ਗੁਆਉਣੀ ਨਹੀਂ ਚਾਹੀਦੀ. ਅਗਰ ਬਾਹਰ ਜਾਣਾ
ਤੁਹਾਡਾ ਫਾਇਦਾ ਇਹਦੇ ਵਿੱਚ ਤੁਹਾਨੂੰ ਉਹ ਓਪਰਚੁਨਿਟੀ ਗਵਾਉਣਾ ਨਹੀਂ ਚਾਹੀਦਾ ਜਿੰਨਾ ਹੋ ਸਕੇ ਐਫਰਟ ਕਰੋ ਮਿਹਨਤ ਕਰੋ ਤੁਸੀਂ ਬਾਹਰ ਜਾਓ ਫਸਟ ਆਫ ਆਲ ਐਕਸਪੀਰੀਅੰਸ ਲੈ ਕੇ 3 ਮਹੀਨੇ ਉਹ ਜਿਹੜਾ ਇੰਪਲੋਇਰ ਹੈ ਤੁਹਾਡਾ ਅਖਬਾਰਾਂ 'ਤੇ ਐਡ ਦੇਗਾ ਅਖਬਾਰਾਂ 'ਤੇ ਐਡ ਦੇਣ ਦੇ ਬਾਅਦ ਉਹ ਕਹੇਗਾ ਮੈਨੂੰ ਇੱਥੇ ਨੈਨੀ ਦੀ ਲੋੜ ਹੈ ਔਨਲਾਈਨ ਦੇਗਾ ਫਿਰ ਉੱਥੇ ECSE ਡਿਪਾਰਟਮੈਂਟ ਵਿੱਚ ਜਾਏਗਾ ਯਾਨੀ ਕਿ ਇੰਪਲੋਇਮੈਂਟ ਸੋਸ਼ਲ ਕੈਨੇਡਾ ਡਿਪਾਰਟਮੈਂਟ ਵਿੱਚ ਜਾ ਕੇ LMI ਤੁਹਾਡੀ ਅਪਲਾਈ ਕਰਾਂਗੀ ਯਾਨੀ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਤੁਹਾਡੀ ਅਪਲਾਈ ਹੋਈ ਜਾਏਗੀ ਜਦੋਂ LMI ਨੂੰ ਕਦੇ 2 ਮਹੀਨੇ 3 ਮਹੀਨੇ 4 ਮਹੀਨੇ ਵੀ ਲੱਗ ਜਾਂਦੇ ਹਨ ਬੱਚੇ ਥੋੜ੍ਹੇ ਸਬਰ ਛੱਡ ਦਿੰਦੇ ਹੈ ਕੋਈ ਕਹਿੰਦਾ ਮੇਰੀ LMI 4 ਮਹੀਨੇ ਹੋ ਗਏ ਆਏ ਨਹੀਂ ਇਹਦੇ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਗਰ ਤੁਹਾਡੀ LMI ਥੋੜ੍ਹਾ ਲੇਟ ਹੋ ਰਹੀ ਹੈ ਤੁਹਾਨੂੰ ਗੁੱਡ ਨਿਊਜ਼ ਬੈਡ ਨਿਊਜ਼ ਤਾਂ ਨਹੀਂ ਆਈ ਤਾਂ ਥੋੜ੍ਹੀ ਗੁੱਡ ਨਿਊਜ਼ ਵੀ ਆਏਗੀ ਅਗਰ ਥੋੜ੍ਹਾ ਜਿਹਾ ਲੇਟ ਹੋ ਰਹੀ ਹੈ ਅਗਰ ਆ ਜਾਂਦੀ ਹੈ 2 ਜਾਂ 3 ਮਹੀਨੇ ਵਿੱਚ ਬੈਟਰ ਹੈ ਡਿਪੈਂਡ ਟੂ ਕੰਮ ਦੇ ਹੁੰਦਾ LMI ਆਉਣ ਦੇ ਬਾਅਦ ਤੁਸੀਂ ਇੱਥੇ ਜਿਹੜੇ LMI ਦੀ ਫੀਸ ਹੁੰਦੀ ਹੈ ਉਹ $1,000 ਹੁੰਦੀ ਹੈ ECSE ਡਿਪਾਰਟਮੈਂਟ ਵਿੱਚ ਤੁਹਾਡਾ ਲੋਇਰ ਜਿਹੜਾ ਉੱਥੇ ਦਾ RCR ਦੇ ਨਾਲ ਉਹ ਕਰੇਗਾ ਤੁਸੀਂ ਇਸੇ ਟੈਂਪਰੇਰੀ ਫੋਰਨ ਵਰਕਰ 'ਤੇ ਆ ਰਹੇ ਹੋ ਯਾਨੀ ਕਿ ਉਹ TF ਕਹਿੰਦੇ ਹੈਗੇ ਜਿਹਨੂੰ ਕਹਿੰਦੇ TF ਯਾਨੀ ਕਿ ਟੈਂਪਰੇਰੀ ਫੋਰਨ ਵਰਕਰ ਇਹ ਥੋੜ੍ਹਾ ਵੀਜ਼ਾ ਲੱਗੇਗਾ ਇਹਦੇ ਵਿੱਚ ਤੁਸੀਂ ਇੱਥੇ ਤੁਸੀਂ ਵਰਕ ਪਰਮਿਟ ਅਪਲਾਈ ਕਰ ਦੇਣਾ ਜਦ ਤੁਹਾਡੀ LMI ਔਨਲਾਈਨ ਆ ਜਾਂਦੀ ਹੈ ਅਤੇ ਵਰਕ ਪਰਮਿਟ ਅਪਲਾਈ ਕਰਨ ਦੇ ਵਿੱਚ ਤੁਹਾਡੀ ਫਾਈਲਿੰਗ ਵੀਜ਼ਾ ਸਾਰੇ ਸਰਟੀਫਿਕੇਟ ਤੁਹਾਡਾ ਪਾਸਪੋਰਟ ਸਾਰਾ ਸਬਮਿਟ ਹੁੰਦਾ ਹੈਗਾ ਕੋਈ ਚੰਡੀਗੜ੍ਹ ਕਰਾਉਂਦਾ ਹੈਗਾ ਚੰਡੀਗੜ੍ਹ ਤੁਸੀਂ ਵੀ ਚੰਡੀਗੜ੍ਹ ਆਪਣੇ ਐਮਬੈਸੀ ਦੀ ਫੀਸ ਜਮ੍ਹਾਂ ਕਰਾ ਕੇ ਤੁਸੀਂ ਕਰਾ ਸਕਦੇ ਹੋ ਔਨਲਾਈਨ ਡਿਪੋਜ਼ਿਟ ਕਰ ਸਕਦੇ ਇੱਥੇ ਕਿਸੇ ਏਜੰਟ ਤੁਹਾਨੂੰ ਲੋੜ ਨਹੀਂ ਹੈ ਨਾ ਇੰਡੀਆ ਵਿੱਚ ਕੋਈ ਏਜੰਟ ਦੀ ਲੋੜ ਹੈ ਕਾਫੀ ਬੱਚੇ ਜਿਨ੍ਹਾਂ ਦੀ ਮੈਨੂੰ ਕਾਲਸ ਹੈਗੀਆਂ 1-2 ਬੱਚੇ ਦੀ ਉਹਨਾਂ ਨੇ ਕਿਸੇ ਕੋਲ ਲਗਵਾ ਲਏ ਹੈਗੇ ਉਹਨਾਂ ਨੇ ABCD ਦੇ ਨਾਂ ਲਿਆ ਉੱਥੇ ਕਹਿੰਦੇ ਸਾਡੇ 3 ਲੱਖ ਲੱਗ ਗਏ 4 ਲੱਖ ਲੱਗ ਗਏ ਬੱਚੋ ਮੈਂ ਤੁਹਾਨੂੰ ਇੱਕ ਕਹੂੰ ਨੈਨੀ ਦਾ ਇੱਕੋ ਵੀ ਪੈਸਾ ਨਹੀਂ ਲੱਗਦਾ ਸਿਰਫ ਕੋਰਸ ਦੀ ਫੀਸ ਲੱਗਦੀ ਹੈਗੀ ਫਾਈਲਿੰਗ ਦਾ ਕੋਈ ਵੀ ਪੈਸਾ ਨਹੀਂ ਹੈ ਸਿਰਫ ਵੀਜ਼ਾ ਦਾ ਪੈਸਾ ਉਹ ਵੀ ਤੁਸੀਂ ਐਮਬੈਸੀ ਨੂੰ ਦੇਣਾ ਤੁਸੀਂ ਕਿਸੇ ਏਜੰਟ ਨੂੰ ਦੇ ਦਿਓ ਅਗਰ ਤੁਸੀਂ ਦਿੰਦੇ ਹੋ ਤੁਸੀਂ ਵੇਸਟ ਕਰ ਰਹੇ ਹੋ ਤੁਹਾਡੇ ਪੈਸੇ ਉਹ ਹੋ ਸਕੇ ਤਾਂ ਉਹਨੂੰ ਬਚਾਓ ਪਰ ਕਾਫੀ ਏਜੰਟ ਤੁਹਾਨੂੰ ਗਲਤ ਰਾਏ ਵੀ ਦਿੰਦੇ ਆ ਕਿ ਨਹੀਂ ਫਾਈਲਿੰਗ ਇੱਥੋਂ ਲੱਗਦੀ ਹੈ ₹1,00,000 ਲੱਗਦਾ 3 ਲੱਖ ਲੱਗਦਾ 4 ਲੱਖ ਦਾ ਫਿਰ ਤੁਸੀਂ ਕੰਪਲੇਨਾਂ ਕਰਦੇ ਫਿਰਦੇ ਹੋ ਫਿਰ ਤੁਸੀਂ ਕਹਿੰਦੇ ਪੈਸਾ ਕਿਵੇਂ ਰਿਫੰਡ ਕਰੇ ਕਿਉਂਕਿ ਪੈਸਾ ਜਿਹੜਾ ਹੈਗਾ ਉਹ ਆਪਾਂ ਪਤਾ ਨਹੀਂ ਕਿੱਥੋਂ ਲੈ ਕੇ ਆ ਰਹੇ ਇੰਨਾ ਪੋਸੀਬਲ ਤਾਂ ਹੈ ਨਹੀਂ ਹੈ ਕਿ ਪੈਸਾ ਫਾਦਰ ਨੇ ਦਿੱਤਾ ਆਪਾਂ ਕਰ ਲਿਆ ਮਦਰ ਨੇ ਦਿੱਤਾ ਕਿਸੇ ਨੇ ਵੀ ਦਿੱਤਾ ਪਤਾ ਨਹੀਂ ਉਹ ਕਿੱਥੋਂ ਆ ਰਿਹਾ ਆਪਣੇ 4 ਬੰਦੇ 'ਤੇ ਫੜਿਆ ਵੀ ਹੋਊਗਾ ਅਤੇ ਰਾਜੇ ਮੇਰੀ ਆਪਣੀ ਰਾਏ ਹੈ ਇਹਦੇ ਵਿੱਚ ਕਾਫੀ ਲੋਕਾਂ ਨੂੰ ਬੁਰਾ ਲੱਗੇ ਉਹਦੇ ਵਾਸਤੇ ਮੈਂ ਪਹਿਲੇ ਸੋਰੀ ਕਰਾਂਗੀ ਪਰ ਮੈਂ ਸਟੇਟ ਫਾਰਵਰਡ ਹੈ ਔਰ ਸਹੀ ਗੱਲ ਤੁਹਾਨੂੰ ਦੱਸਣੀ ਸੱਚ ਰਿਐਲਿਟੀ ਹੈਗੀ ਅਤੇ ਇਹੋ ਜਿਹਾ ਹੋ 4 ਪੈਸੇ ਬਚਾ ਕੇ ਅਗਰ ਕੈਨੇਡਾ ਜਾਂਦੇ ਹੋ ਉਹ ਦਿਮਾਗ ਵਾਲੀ ਗੱਲ ਹੈ ਸੂਝਬੂਝ ਵਾਲੀ ਗੱਲ ਹੈ ਅਗਰ ਤੁਸੀਂ 4 ਪੈਸੇ ਬਚਾ ਕੁਝ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੇ 3 ਲੱਖ ਰੁਪਇਆ ਲਾਇਆ ਉਹਨਾਂ ਦੀ ਫਾਈਲਿੰਗ ਜਿਹੜੇ ਉਹਨਾਂ ਦੇ ਏਜੰਟ ਨੇ ਹੀ ਖਰਾਬ ਕਰਤੀ ਕਿਸੇ ਵਿੱਚ ਉਹਨਾਂ ਨੂੰ ਸਿੰਗਲ ਲਿਖਤਾ ਕਿਸੇ ਵਿੱਚ ਉਹਨਾਂ ਨੂੰ ਮੈਰਿਡ ਲਿਖਤਾ ਕਿਸੇ ਵਿੱਚ ਉਹਨਾਂ ਦੇ ਇੰਪਲਾਇਰ ਦਾ ਨਾਮ ਹੀ ਗਲਤ ਲਿਖਤਾ ਜਿਹੜੇ ਇੱਥੇ ਦੇ ਸੀ ਉਹਦੇ ਨਾਲ ਕੀ ਹੋਇਆ ਉਹਨਾਂ ਦੀ ਰਿਜੈਕਸ਼ਨ ਹੋ ਗਈ ਫਿਰ ਉਹ ਦੁਬਾਰਾ ਜਦ ਉਹਨਾਂ ਨੂੰ ਪਤਾ ਲੱਗਿਆ ਫਿਰ ਉਹਨੇ ਦੁਬਾਰਾ ਫਾਈਲ ਅਪਲਾਈ ਕਰੀ ਖੁਦ ਔਨਲਾਈਨ ਜਦ ਉਹਨਾਂ ਨੂੰ ਪਤਾ ਲੱਗਿਆ ਜਦ ਔਨਲਾਈਨ ਉਹਨਾਂ ਨੇ ਵਰਕ ਪਰਮਿਟ ਆਪ ਅਪਲਾਈ ਕੀਤਾ ਅਤੇ ਉਹਨਾਂ ਦੇ ਕੁਛ ਵੀ ਪੈਸੇ ਖਰਚ ਨਹੀਂ ਹੋ ਫਿਰ ਉਹਨਾਂ ਨੂੰ ਲੱਗਿਆ ਸਾਡੇ ਤਾਂ ਕੁਛ ਪੈਸੇ ਖਰਚ ਹੋਏ ਨਹੀਂ ਹੈਗੇ ਦੇਖੋ ਸਾਨੂੰ ਐਵੇਂ ਲੁੱਟਿਆ ਗਿਆ ਫਿਰ ਉਹਨਾਂ ਨੇ ਐਸੇ ਸੋਚਿਆ ਇਸ ਕਰਕੇ ਵਰਕ ਪਰਮਿਟ ਤੁਸੀਂ ਇੱਥੋਂ ਹੀ ਅਪਲਾਈ ਕਰਨਾ ਹੈਗਾ ਇੱਥੋਂ ਕੋਈ ਪੈਸਾ ਨਹੀਂ ਲੱਗਣਾ ਤੁਹਾਡਾ ਨਾ ਕੋਈ ਖਰਚਾ ਹੋਣਾ ਹੈਗਾ ਸਿਰਫ ਐਮਬੈਸੀ ਦੀ ਫੀਸ ਜਾਣੀ ਹੈਗੀ ਤੁਸੀਂ ਕਿਸੇ ਏਜੰਟ ਦੇ ਥਰੂ ਜਾਂ ਕਿਸੇ ਦੇ ਕੰਸਰਟ ਕਰਦੇ ਹੋ ਉਹ ਅਗਰ ਥਰਡ ਪਾਰਟੀ ਤੁਹਾਡਾ ਕੁਛ ਵੀ ਗਲਤ ਲਿਖ ਦਿੰਦੀ ਹੈ ਕਿ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਇਹ ਲਿਖ ਦਿੰਦੀ ਹੈ ਕਿ ਤੁਹਾਡਾ ਇੰਪਲੋਇਰ ਦਾ ਨਾਂ ਤੁਹਾਡਾ ਫਿਰ ਫਾਈਲ ਰਿਜੈਕਸ਼ਨ ਵੀ ਹੋ ਸਕਦੀ ਹੈ ਇਸ ਕਰਕੇ ਖੁਦ ਔਨਲਾਈਨ ਭਰੋ ਵਰਕ ਪਰਮਿਟ ਆਪ ਭਰੋ ਔਨਲਾਈਨ ਜਾਓ ਐਮਬੈਸੀ 'ਤੇ ਭਰੋ ਅਤੇ ਕਦੇ ਕਦੇ ਰਿਜੈਕਸ਼ਨ ਦੇ ਚਾਂਸ ਲੈਣੇ ਵਿੱਚ ਇਹ ਚੀਜ਼ਾਂ ਵੀ ਹੁੰਦੀਆਂ ਇਹਦੇ ਵਿੱਚ ਦੇਖੋ ਇੱਕ ਤਾਂ ਆਪਣਾ ਟਾਈਮ ਜਾਂਦਾ ਪੈਸਾ ਜਾਂਦਾ ਹੈਗਾ ਔਰ ਇੱਕ ਆਪਣੇ ਸਟੈਂਪ ਲੱਗ ਜਾਂਦੀ ਰਿਜੈਕਸ਼ਨ ਦੀ ਉਹ ਤੁਹਾਡੇ ਵਾਸਤੇ ਨੁਕਸਾਨ ਵੀ ਹੈ ਬੇਟਾ ਨਾ ਕਰੋ ਤਾਂ ਬੈਟਰ ਹੈ ਕੋਸ਼ਿਸ਼ ਹੋ ਜਿੰਨੀ ਹੋ ਅਵੇਅਰਨੈਸ ਲਓ ਵੀਡੀਓਜ਼ ਦੇਖੋ ਅਗਰ ਤੁਹਾਨੂੰ ਕੁਛ ਨਾ ਸਮਝ ਆਏ ਕੋਈ ਡਾਊਟ ਲੱਗੇ ਤੁਸੀਂ ਮੇਰੇ ਕੋਲ ਕਾਲ ਕਰ ਸਕਦੇ ਹੋ ਅਗਰ ਤੁਹਾਨੂੰ ਕੋਰਸ ਕਰਨਾ ਹੈ ਤੁਸੀਂ ਮੇਰੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਅਗਰ ਤੁਸੀਂ ਇੰਟਰਵਿਊ ਦੀ ਤਿਆਰੀ ਕਰਨੀ ਤਾਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਹੋਰ ਕੁਛ ਹੋ ਗਈ ਮੈਂ ਅੱਗੇ ਤੁਹਾਨੂੰ ਇੰਟਰਵਿਊਜ਼ ਦੀ ਤਿਆਰੀ ਕਰਾਵਾਂਗੀ ਇਸ ਵੀਡੀਓ ਵਿੱਚ ਹੀ ਅਗਲੀ ਜਿਹੜੀ ਹੋਊਗੀ ਔਰ ਤੁਸੀਂ ਜਿਸਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਗਾ ਉਹ ਕਰ ਲਓ ਔਰ ਜਿਹਨੂੰ ਚੰਗਾ ਲੱਗੇ ਉਹ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੈਂਕ ਯੂ ਸੋ ਮੱਚ